त्यौहारां दा मौसम है तां इह कुदरती गल है वी हरेक घर दे विच अपने मठियाईयां तां बनदियां ही बनदियां तां जे मठियाईयां अपने घर दियां बनियां होण तां सब तों ही वधिया गल है तां इहदे वास्ते मैं अज बना रही हाँ जो मैं बना रही हाँ बेसन दे लड्डू जिहड़े बेसन दे लड्डू बनाए है खाण दे विच तां स्वाद है ही है वेखण दे विच वी कोई इह नहीं कहिंदा वी इह घरे बने होए होणगे तां जे मैं तुहानूं इहनां दा टैक्सचर विखावां तां वेखो इहनां दा इह टैक्सचर वेखो भी बिल्कुल एन वधिया हलवाई स्टाइल बिल्कुल दानेदार निके 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 उहदे वाले बूंदी दानेदार बेसन वाले लड्डू बने है तां आओ फिर आपां वेखीए भी दानेदार लड्डू आपां घर दे विच किस तरह बनावांगे जिहड़े कि आसान भी है साफ सुथरे भी है तां सौखे भी है। सारिआं नूं सति श्री अकाल जी, परमजीत सिद्धू दी किचन दे विच तुहाडा बहुत बहुत स्वागत है। अज आपां बनावांगे बेसन दे लड्डू। हलवाई वर्गे लड्डू बनाउण वास्ते आपां ने लिया है 2 कप मेजरिंग कप नाल ना आपां 2 कप मिन के बेसन ले लिया बरीक ते 1.5 कप ले लिया आपां चीनी दा चीनी लैके नॉर्मल चीनी लैके उहनूं मिक्सी दे ग्राइंडर जार च घुमा लिया सीगा पाउडर बना लिया सीगा ते 1.5 कप लिया आपां सॉरी घिओ दा थोड़ा जिहा आपां विच पावांगे फूड कलर ते विच पावांगे मगज खीरे वाले होण जां दूजे मस्कमेलन वाले होण उह अपनी आप दी मर्जी है। तां 4 इलायचियां दा मैं दरदरा कुट लिया पाउडर जिहा बना लिया तां थोड़ा जिहा हैगा 3-4 चम्मच आपां पाणी लिया। सब तो पहला आपां कढ़ाई दे विच पा के मगज ते इहनां नूं ड्राई रोस्ट कर लांगे। तां व्यूअर्स वीडियो दे चलदे चलदे वीडियो नूं लाइक भी कर दिओ ते अगर तुसी मेरे चैनल ते फर्स्ट टाइम वीडियो वेख रहे हो तां प्लीज़ मेरे चैनल नूं भी सबसक्राइब जरूर कर लेना। तां इस तों बाद मगज कढ़न तों बाद आपां पा दांगे 1/2 कप घिओ देसी घिओ पा के देसी घिओ च बने हुए लड्डू बहुत टेस्टी लगदे। 1 चम्मच घिओ दा आपां वधा के रख लिया जरूरत होई तां पावांगे। ਤਾਂ ਵਿੱਚ ਆਪਾਂ ਬੇਸਣ ਪਾ ਕੇ ਜਦੋਂ ਘਿਓ ਗਰਮ ਹੋ ਗਿਆ ਗੈਸ ਦੀ ਫਲੇਮ ਬਿਲਕੁਲ ਬਿਲਕੁਲ ਸਲੋ ਤੇ ਹੋਣੀ ਚਾਹੀਦੀ ਆਪਣੀ ਤੇ ਇਹ ਬੰਦੇ ਤਾਂ ਜ਼ਰੂਰ ਹੌਲੀ 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 ਹੈ ਬਿਲਕੁਲ ਮੱਠੀ ਆਂਚ ਤੇ ਲੋ ਮੀਡੀਅਮ ਲੋ ਗੈਸ ਤੇ ਤਾਂ ਜਿਹੜੇ ਬੰਦੇ ਆ ਬੰਦੇ ਬਹੁਤ ਵਧੀਆ ਕਿਉਂਕਿ ਮੱਠੀ ਮੱਠੀ ਅੱਗ ਤੇ ਭੁੱਜਿਆ ਹੋਇਆ ਬੇਸਣ ਹੈ ਜਿਹੜਾ ਤੇ ਹਜੇ ਤੱਕ ਤਾਂ ਵੇਖੋ ਬਿਲਕੁਲ ਹਜੇ ਡਰਾਈ ਪਿਆ ਇਹਨਾਂ ਨੂੰ ਆਪਾਂ ਹੌਲੀ ਹੌਲੀ ਹਿਲਾਉਂਦੇ ਜਾਵਾਂਗੇ ਗੁਠਲੀਆਂ ਮਾਰਦੇ ਜਾਵਾਂਗੇ। ਇੱਥੇ ਮੈਂ ਵੀਡੀਓ ਨਾ ਫਾਸਟ ਕੀਤੀ ਹੋਈ ਹੈ। ਫਾਸਟ ਕਿਉਂ ਕੀਤੀ ਹੈ ਵੀ ਕਿਉਂਕਿ ਪ੍ਰੋਸੀਜਰ ਵੀ ਸਾਰਾ ਆ ਜਾਏ ਤਾਂ ਵੀਡੀਓ ਵੀ ਬਾਹਲੀ ਲੰਬੀ ਨਾ ਹੋਵੇ ਇਹਦੇ ਵਾਸਤੇ ਮੈਨੂੰ ਬੇਸਣ ਘਿਓ ਥੋੜ੍ਹਾ ਘੱਟ ਲੱਗ ਰਿਹਾ ਸੀ ਤਾਂ ਮੈਂ ਉਹ ਵੀ ਚਮਚ ਪਾ ਦਿੱਤਾ ਸੀਗਾ। ਉਹ ਚਮਚ ਪਾ ਕੇ ਮੈਂ 1 ਚਮਚ ਹਜੇ ਹੋਰ ਵੀ ਪਾ ਦਿੱਤਾ ਸੀਗਾ ਉਦੋਂ ਸੋਰੀ ਮੈਂ ਕੈਮਰਾ ਔਨ ਕਰਨਾ ਭੁੱਲ ਗਈ ਸੀ ਕਿ 1 ਚਮਚ ਹੋਰ ਪਾ ਦਿੱਤਾ ਸੀ 1/2 ਕੱਪ ਅਤੇ 1 ਚਮਚ ਅਤੇ ਗੈਸ ਦੀ ਫਲੇਮ ਮੈਂ ਬਿਲਕੁਲ ਸਲੋ ਅਤੇ ਆਪਾਂ ਨਾ ਬਿਲਕੁਲ ਸਲੋ ਅਤੇ ਇਸ ਤਰ੍ਹਾਂ ਹਿਲਾਉਂਦੇ ਹੋਏ ਹੁਣ ਵੇਖੋ ਅੱਗੇ ਨਾਲੋਂ ਵੀ ਆਪਣਾ ਕੁਛ ਕਲਰ ਦਾ ਫਰਕ ਪੈ ਚੁੱਕਿਆ। ਬਸ ਇਹ ਨਾ ਆਪਣਾ ਸਪੈਚੁਲਾ ਰੁਕਣਾ ਨਹੀਂ ਚਾਹੀਦਾ ਹੁੰਦਾ ਗਾ ਚਾਰਸ਼ ਫਿਰ ਲਾਉਂਦੇ ਜਾਵਾਂਗੇ ਤਾਂ ਇਹਨੂੰ ਭੁੰਨਦੇ ਜਾਵਾਂਗੇ। ਹੁਣ ਥੋੜ੍ਹਾ ਥੋੜ੍ਹਾ ਅੱਗੇ ਨਾਲੋਂ ਪਤਲੀ ਫੋਮ ਦੇ ਵਿੱਚ ਹੋਣਾ ਸ਼ੁਰੂ ਹੋ ਗਿਆ। ਸਾਰਾ ਇਹ ਬੇਸਣ ਭੁੰਨਣ 'ਤੇ ਆਪਾਂ ਨੂੰ 1/2 ਘੰਟਾ ਲੱਗ ਗਿਆ। ਜਿਵੇਂ ਇਹ ਭੁੱਜੂਗਾ ਉਵੇਂ ਉਵੇਂ ਪਤਲੀ ਫੋਮ ਦੇ ਵਿੱਚ ਆਉਂਦਾ ਜਾਊਗਾ। ਹੁਣ ਵੇਖੋ ਕਾਫੀ ਪਤਲਾ ਹੋ ਚੁੱਕਿਆ ਤੇ ਜਿਹੜੀ ਸਮੈਲ ਵੀ ਬਹੁਤ ਸੋਹਣੀ ਸੌਂਦੀ ਸੌਂਦੀ ਜੀ ਵਧੀਆ ਖੁਸ਼ਬੂ ਆਉਣ ਲੱਗ ਗਈ ਹੈ ਤਾਂ ਬੇਸਣ ਨੇ ਜਿਹੜਾ ਘਿਓ ਵੀ ਛੱਡਣਾ ਸ਼ੁਰੂ ਕਰ ਦਿੱਤਾ। ਹੁਣ ਵੇਖੋ ਪਤਲਾ ਵੀ ਹੋ ਗਿਆ ਘਿਓ ਵੀ ਉੱਤੇ ਚਮਕ ਆਉਣ ਲੱਗ ਗਈ ਹੈ ਤਾਂ ਹੁਣ ਥੋੜ੍ਹਾ ਜਿਹਾ ਛੋਟਾ ਜਿਹਾ ਪਿੰਚ ਆਫ ਆਪਾਂ ਕਲਰ ਲੈ ਕੇ ਫੂਡ ਕਲਰ ਲੈ ਕੇ ਤਾਂ ਉਹ ਆਪਾਂ ਜਿਹੜਾ 3 ਚਮਚ ਪਾਣੀ ਸੀ ਉਹਦੇ ਵਿੱਚ ਪਾ ਕੇ ਤਾਂ ਹੁਣ ਆਪਾਂ ਵਿੱਚ ਮਿਕਸ ਕਰ ਦਾਂਗੇ। ਜਦੋਂ ਇਹ ਇੰਨਾ ਕੁ ਪਾਣੀ ਆਪਾਂ ਤਾਂ ਮਿਕਸ ਕਰਾਂਗੇ ਇਹ ਜਿਹੜਾ ਪਾਣੀ ਪਾਵਾਂਗੇ ਇਹਦੇ ਨਾਲ ਹੀ ਆਪਣਾ ਨਾ ਬੇਸਣ ਦਾ ਛੋਟਾ ਛੋਟਾ ਦਾਣਾ ਬਣੂਗਾ ਚੰਗੀ ਤਰ੍ਹਾਂ ਬਿਲਕੁਲ ਐਨ ਇੱਕ ਜਾਨ ਕਰ ਦਾਂਗੇ ਮਿਕਸ ਕਰਕੇ ਤਾਂ ਇਹਨੂੰ ਹੁਣ ਆਪਾਂ ਹੋਰ ਬਾਹਲਾ ਨਹੀਂ ਪਕਾਵਾਂਗੇ ਇਹਨੂੰ ਆਪਾਂ ਅਲੱਗ ਬਰਤਨ ਦੇ ਵਿੱਚ ਕੱਢ ਲਾਂਗੇ ਕਿਉਂਕਿ ਕੜਾਹੀ ਦੇ ਵਿੱਚ ਪਿਆ ਰਹਿਣ ਦਿੱਤਾ ਤਾਂ ਇਹ ਥੱਲੇ ਲੱਗਣ ਦਾ ਵੀ ਡਰ ਹੈ ਤਾਂ ਫਿਰ ਇਹਨੂੰ ਆਪਾਂ ਕੱਢ ਕੇ ਅਤੇ ਹੁਣ ਇਹਦੇ ਵਿੱਚ ਆਪਾਂ ਮਿਕਸ ਕਰਾਂਗੇ ਹਜੇ ਚੀਨੀ ਨਹੀਂ ਆਪਾਂ ਪਾਵਾਂਗੇ ਹਜੇ ਆਪਾਂ ਮਿਕਸ ਕਰਾਂਗੇ ਇਲਾਇਚੀ ਦਾਣਾ ਅਤੇ ਮਗਜ਼ ਹੈ ਜਿਹੜੇ ਆਪਾਂ ਰੱਖੇ ਸੀਗੇ ਡਰਾਈ ਰੋਸਟ ਕਰਕੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਮਿਕਸ ਕਰਕੇ ਤਾਂ ਫਿਰ ਇਹਨੂੰ ਨਾ ਆਪਾਂ ਇਹਦੇ ਵਿੱਚ ਹੀ ਮਤਲਬ ਇਸ ਬਰਤਨ ਦੇ ਵਿੱਚ ਹੀ ਠੰਡਾ ਹੋਣ ਦੇਵਾਂਗੇ ਠੰਡਾ ਹੋਏ ਤੋਂ ਬਾਅਦ ਚੀਨੀ ਪਾਵਾਂਗੇ। ਲਓ ਜੀ ਹੁਣ ਥੋੜ੍ਹਾ ਠੰਡਾ ਵੀ ਹੋ ਗਿਆ ਥੋੜ੍ਹਾ ਠੰਡਾ ਨਹੀਂ ਬਿਲਕੁਲ ਹੀ ਠੰਡਾ ਹੋ ਗਿਆ ਬਸ ਸਿਰਫ ਇੱਕ ਨਿੱਘਾ ਜਿਹਾ ਹੋਣਾ ਚਾਹੀਦਾ
ਤਾਂ ਜਦੋਂ ਇੰਨਾ ਕੁ ਹੋ ਜਾਵੇ ਠੰਡਾ ਤਾਂ ਫਿਰ ਇਹਦੇ ਵਿੱਚ ਆਪਾਂ ਪੌਣੀ ਕਟੋਰੀ ਪੌਣਾ ਕੱਪ ਜਿਹੜੀ ਆਪਣੇ ਕੋਲ ਚੀਨੀ ਹੈ ਪੀਸੀ ਹੋਈ ਉਹ ਪਾ ਦਾਂਗੇ। ਚੀਨੀ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਰੱਖੋ, ਮੈਂ ਜਾ ਨਾ ਹੀ ਤਾਂ ਬਾਹਲੀ ਥੋੜ੍ਹੀ ਹੈ ਇਹ ਅਤੇ ਨਾ ਹੀ ਜ਼ਿਆਦਾ ਤੇਜ਼ ਹੈ। ਅਗਰ ਤੁਸੀਂ ਤੇਜ਼ ਖਾਂਦੇ ਹੋ ਤਾਂ ਪੂਰਾ ਕੱਪ ਲੈ ਲਓ, ਅਤੇ ਨਹੀਂ ਮੈਂ ਤਾਂ ਪੌਣਾ ਕੱਪ ਹੀ ਲਈ ਹੈ। ਹੁਣ ਹੱਥ ਆਪਾਂ ਸਾਫ਼ ਸੁਥਰੇ ਕਰ ਹੀ ਲਏ ਸੀਗੇ, ਹੱਥ ਆਪਾਂ ਸਾਫ਼ ਸੁਥਰੇ ਕਰਕੇ ਅਤੇ ਹੁਣ ਇਹਨੂੰ ਆਪਾਂ ਹੱਥ ਨਾਲ ਸਾਰੀ ਚੀਨੀ ਨੂੰ ਇੱਕ ਜਾਨ ਕਰ ਦਾਂਗੇ ਵਿੱਚ ਇਹਦੇ, ਕਿਉਂਕਿ ਮਿਕਸਚਰ ਬੇਸਣ ਆਪਣਾ ਠੰਡਾ ਹੋ ਹੀ ਚੁੱਕਿਆ। ਹੁਣ ਹੱਥਾਂ ਨਾਲ ਉਹ ਲਾਹ ਕੇ ਚੰਗੀ ਤਰ੍ਹਾਂ, ਤਾਂ ਹੁਣ ਆਪਾਂ ਇੱਕ ਲੈਮਨ ਦੇ ਆਕਾਰ ਦਾ ਬੇਸਣ ਇੰਨਾ ਕੁ ਲੈ ਕੇ ਤਾਂ ਉਹਨੂੰ ਬਿਲਕੁਲ ਐਨ ਹੱਥ ਦੇ ਨਾਲ ਗੋਲ 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 ਕਰਕੇ ਅਤੇ ਇਸ ਤਰ੍ਹਾਂ ਵੀ ਉੱਤੋਂ ਸਿਲਕੀ ਟੈਕਸਚਰ ਲਿਆਉਣ ਵਾਸਤੇ ਉਸ ਤੋਂ ਇਸ ਤਰ੍ਹਾਂ ਹੱਥ ਦੇ ਵਿੱਚ ਘੁਮਾਈਏ ਤਾਂ ਬਿਲਕੁਲ ਐਨ ਨਾਲ ਲੱਗੂਗਾ ਜਿਵੇਂ ਹਲਵਾਈ ਦੇ ਬਣੇ ਹੋਏ ਲੱਡੂ ਹੁੰਦੇ ਹੈ ਗੁੱਡ ਲੁਕਿੰਗ ਵਾਸਤੇ। ਲਓ ਜੀ ਦੇਖੋ ਇਸ ਤਰ੍ਹਾਂ ਹੀ ਕਰਦੇ ਹੋਏ ਆਪਾਂ ਸਾਰੇ ਲੱਡੂ ਤਿਆਰ ਕਰ ਲਏ। ਵਿੱਚ ਅਗਰ ਤੁਸੀਂ ਇਹਨਾਂ ਦੇ ਵਿੱਚ ਡਰਾਈ ਫਰੂਟ ਵੀ ਪਾਉਣਾ ਚਾਹੋ ਤਾਂ ਜਿੱਥੇ ਆਪਾਂ ਮਗਜ਼ ਪਾਏ ਉੱਥੇ ਨਾਲ ਡਰਾਈ ਫਰੂਟ ਵੀ ਪਾ ਸਕਦੇ ਹਾਂ ਮਗਜ਼ਾਂ ਦੇ ਨਾਲ ਹੀ, ਪਰ ਮੈਂ ਇਕੱਲੇ ਮਗਜ਼ ਅਤੇ ਇਲਾਇਚੀ ਦਾਣਾ ਹੀ ਪਾ ਰਹੀ ਹਾਂ। ਲਓ ਜੀ ਮੇਰੇ ਕੋਲ ਪੇਪਰ ਕੱਪ ਪਏ ਹੋਏ ਸੀਗੇ, ਉਹ ਲਾ ਕੇ ਆਪਾਂ ਰੱਖ ਦਾਂਗੇ। ਵੀ ਹੁਣ ਦੱਸੋ ਵੀ ਕੋਈ ਲੱਗ ਰਿਹਾ ਵੀ ਇਹ ਦੁਕਾਨ ਤੋਂ ਲਿਆਉਂਦੇ ਹੋਏ ਮਾਰਕੀਟ ਦੇ ਵਿੱਚੋਂ ਲਿਆ ਕੇ ਰੱਖੇ ਹੋਏ ਹੈ ਕਿ ਆਪਦੇ ਘਰ ਦੇ ਹੱਥ ਦੇ ਬਣੇ ਹੋਏ ਹੈ। ਤਾਂ ਵੀਵਰਸ ਇਸ ਦੀਵਾਲੀ ਤੁਸੀਂ ਵੀ ਸਾਫ਼ ਸੁਥਰੇ ਬਣਾਓ, ਸਾਫ਼ ਸੁਥਰੇ ਖਾਓ। ਬਾਹਰ ਦੀਆਂ ਮਿਲਾਵਟ ਵਾਲੀਆਂ ਖਾਣ ਨਾਲੋਂ, ਬਾਜ਼ਾਰ ਦੀਆਂ ਖਾਣ ਨਾਲੋਂ ਆਪਦਾ ਘਰ ਸਾਫ਼ ਸੁਥਰਾ ਬਣਾਓ ਅਤੇ ਬਾਜ਼ਾਰ ਨਾਲੋਂ ਵਧੀਆ ਨਾਲੇ ਅਤੇ ਹੈਲਦੀ ਆਪਦੀ ਮਨਪਸੰਦ ਦੀ ਦਾ ਮਿੱਠਾ ਪਾ ਕੇ ਜਿੰਨਾ ਕੁ ਪਾਉਣਾ ਹੋਵੇ ਤਾਂ ਉਸ ਤਰ੍ਹਾਂ ਬਣਾਓ। ਉੱਪਰੋਂ ਆਪਾਂ ਇਹਨਾਂ ਲੱਡੂਆਂ ਨੂੰ ਗਾਰਨਿਸ਼ ਕਰ ਦਿੱਤਾ ਥੋੜ੍ਹੇ ਜਿਹੇ ਪਿਸਤੇ ਨਾਲ, ਪਿਸਤੇ ਦੀ ਕਤਰਨ ਨਾਲ, ਜਿਹੜੀ ਕਿ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਹੈ। ਲਓ ਜੀ ਵੀ ਬਸ ਬੇਸਣ ਦੇ ਲੱਡੂ ਬਣ ਕੇ, ਦਾਣੇਦਾਰ ਲੱਡੂ ਬਣ ਕੇ ਆਪਣੇ ਕੋਲ ਰੈਡੀ ਹੈ, ਜਿਹੜੀ ਕਿ ਬਣਾਉਣ ਦੇ ਵਿੱਚ ਬਹੁਤ ਹੀ ਆਸਾਨ ਹੈ। ਇੰਨਾ ਵੀ ਥੋੜ੍ਹੀ ਪੇਸ਼ੈਂਸ ਦਾ ਕੰਮ ਜ਼ਰੂਰ ਹੈਗਾ ਤਾਂ, ਪਰ ਲੱਗਦੇ ਬਹੁਤ ਵਧੀਆ, ਖਾਣ ਦੇ ਵਿੱਚ ਵੀ ਟੇਸਟੀ ਹੈ, ਬਣਾਉਣ ਦੇ ਵਿੱਚ ਆਸਾਨ ਹੈ। ਤਾਂ ਇਸ ਦੀਵਾਲੀ ਤੁਸੀਂ ਵੀ ਇਹਨੂੰ ਟਰਾਈ ਕਰਿਓ। ਹੁਣ ਮੈਂ ਤੁਹਾਨੂੰ ਇਹਨਾਂ ਦਾ ਟੈਕਸਚਰ ਵਿਖਾਉਂਦੀ ਹਾਂ ਕਿਸ ਤਰ੍ਹਾਂ ਦਾ। ਦੇਖੋ ਇੰਨੇ ਵਧੀਆ, ਇੰਨੇ ਦਾਣੇਦਾਰ ਅਤੇ ਇੰਨੇ ਟੇਸਟੀ। ਤਾਂ ਵੀਵਰਸ ਅਗਰ ਮੇਰੀ ਅੱਜ ਦੀ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤਾਂ ਇਹਨੂੰ ਲਾਈਕ ਕਰਨਾ, ਸ਼ੇਅਰ ਕਰਨਾ, ਸਬਸਕ੍ਰਾਈਬ ਕਰਨਾ ਮੇਰੇ ਚੈਨਲ ਨੂੰ। ਜੋ ਵੀਵਰਸ ਮੇਰੇ ਚੈਨਲ 'ਤੇ ਫਸਟ ਟਾਈਮ ਵੀਡੀਓ ਵੇਖ ਰਹੇ ਹੈ ਪਲੀਜ਼ ਉਹਨਾਂ ਨੂੰ ਰਿਕੁਐਸਟ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ, ਔਰ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਵੀ ਤੁਹਾਨੂੰ ਬੇਸਣ ਦੇ ਲੱਡੂ ਕਿਸ ਤਰ੍ਹਾਂ ਦੇ ਲੱਗੇ। ਔਰ ਮੇਰੀ ਸਾਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ।